शरा तो पार हो जाता है।
ਸ਼ਰੀਅਤ ਦੇ ਵਿੱਚ ਜਿਹੜੀ ਰਹਿ ਕੇ ਗੱਲ ਹੋ ਜਾਵੇ ਦੁਨੀਆਦਾਰੀ ਵੀ ਰਹਿ ਜਾਂਦੀ ਹਰ ਜਾ ਜਾਣਦੇ ਸ਼ਰਾਂ ਵਾਲੇ ਫੜ ਲੈਣਗੇ ਨਾ ਸ਼ਰੀਅਤ ਹੈ ਕਿਸ ਕੀ ਬਤਾ ਦਾਹੀਦਾ ਤਰੀਕਤ ਹੈ ਕਿਸ ਕੀ ਬਤਾ ਦਾਹੀਦਾ ਮਾਰਫਤ ਹੈ ਕਿਸ ਕੀ ਬਤਾ ਦਾਹੀਦਾ ਮੈਂ ਖੁਦ ਬੰਦਾ ਬੰਦਾ ਹੂੰ ਮੈਂ ਖੁਦ ਹੂੰ ਖੁਦਾ ਉਹ ਜਿੱਥੇ ਇਸ਼ਕੀ ਉੱਥੇ ਰਸ਼ਾ ਦਾ ਕੀ ਕੰਮ ਹੈ ਉਹ ਜਿੱਥੇ ਇਸ਼ਕੀ ਉੱਥੇ ਸ਼ਰਾਂ ਦਾ ਕੀ ਕੰਮ ਹੈ 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 ਸ਼ਰਾਂ ਵਾਲੇ ਲੋਕਾਂ ਕੋਲੋਂ ਲੁਕੀਏ ਕਿੱਥੇ ਜਾ ਕੇ ਕਸਮ ਖੁਦਾ ਦੀ ਲੋਕੋ ਮਰੋ ਜ਼ਹਿਰ ਖਾ ਕੇ ਕਿਵੇਂ ਉਹ ਸ਼ਰਾਂ ਇੱਕ ਗੱਲ ਕਹਿੰਦੀ ਆ ਕਿਹੜੀ ਗੱਲ ਕਹਿੰਦੀ ਸ਼ਰਾਂ ਕਹਿੰਦੀ ਯਾਰ ਦੀ ਗਲੀ ਦੇ ਵਿੱਚ ਜਾਵੀ ਸ਼ਰਾਂ ਕਹਿੰਦੀ ਯਾਰ ਦੀ ਗਲੀ ਦੇ ਵਿੱਚ ਜਾਵੀ ਰੱਬ ਦੀ ਕਸਮ ਸ਼ਰਾਂ ਇਹ ਕਹਿੰਦੀ ਆ ਤੇ ਇਸ਼ਕ ਕੀ ਕਹਿੰਦਾ ਹੈ ਤੇ ਮੇਰਾ ਇਸ਼ਕ ਵੀ ਰੌਲਾ ਪਾਉਂਦਾ ਉਹ ਸ਼ਰਾਂ ਕਹਿੰਦੀ ਯਾਰ ਦੀ ਗਲੀ ਦੇ ਵਿੱਚ ਜਾਵੀ ਅੱਲਾਹੂ ਦੀ
نے کیا حضور کو کی سب کیا بتاؤ اللہ لا مقصود الا لا مقصود الا لا معبود الا لا موجود الا لا وجود الا هو پھر باہو تم تم مرشد مرشد تم تم باہو اندر گھٹے مشک مچا اللہ دل نقشہ بیت حرم دائے دل خانہ اس سنم دائے دل گوشت کا ایک ٹکڑا ہے دل گوشت کا ایک ٹکڑا ہے اساں قلب مجاز لکھڑا ہے اب سمجھ لو قلب حقیقی یار کا مکھڑا اے اللہ دی ضرب ہے قلب تائیں اس قلب نو عرش اولا سمجھی لا نفی تے لا اسباب ہویا لا اسفات ہویا ہویا لا نہ غیر فنا سمجھی بے جڑا یا بہنی دے نفی کرے قاضی او جڑا یا بہنی کہتے بھی جڑا آپ ہے نہیں نفی کرے قاضی بے شک کون آپ ہے دساں کون آپ ہے او لایا بہنی لایا بہنی لایا رب تین ہوئے عشق والے تین رب جس نام عشق ہو جاتا ہے ਉਹਦੇ ਵਾਸਤੇ ਉਹੀ ਸਾਰਾ ਕੁਝ ਹੋ ਜਾਂਦਾ ਤੇ ਓਏ ਨਾ ਇਸ਼ਕ ਦੇ ਅਕਾਫਰਾਂ ਦੀ ਵੀ ਤੋ ਵੱਖਰੀ ਓਏ ਨਾ ਇਸ਼ਕ ਦੇ ਅਕਾਫਰਾਂ ਦੀ ਵੀ ਤੋ ਵੱਖਰੀ ਓਏ ਨਾ ਇਸ਼ਕ ਦੇ ਅਕਾਫਰਾਂ ਦੀ ਵੀ ਤੋ ਵੱਖਰੀ ਓਏ ਨਾ ਇਸ਼ਕ ਦੇ ਅਕਾਫਰਾਂ ਦੀ ਵੀ ਤੋ ਵੱਖਰੀ ਓਏ ਨਾ 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 ਦੀ ਵੀ ਤੋ ਵੱਖਰੀ ਓਏ ਪੁੱਤਿਆ ਇਹਨਾਂ ਦੀ ਨੀਤ ਵੱਖਰੀ ਇਹਨਾਂ ਦੀ ਨੀਤ ਵੱਖਰੀ ਇਹਨਾਂ ਦੀ ਨੀਤ ਵੱਖਰੀ
ਇਹਨਾਂ ਇਸ਼ਕ ਦੀਆਂ ਕਾਫਰਾਂ ਦੀ ਰੀਤ ਵੱਖਰੀ تجھے اللہ بلاتا ہے یہ عشق کا مقام ہے عشق کا مقام یہ نماز عشق ہے کسی نے جا کہا مجنون تجھے اللہ بلاتا ہے تو مجنون جوش وحشت میں عجب قصہ سناتا ہے بھلا یہ خدا کے پاس کیوں جائے مشہور ہو گئی وہ جب
ਪਤਾ ਚੱਲਿਆ ਇਹਨਾਂ ਨਾਲ ਹੋ ਗਏ ਹਰ ਬਾਰ ਸਾਰਾ ਕੁਛ ਚੱਲਿਆ ਚੱਲਿਆ ਕਿਵੇਂ ਮੈਂ ਤੈਨੂੰ ਦੱਸਾਂ ਇਹਨਾਂ ਨੂੰ ਨਾ ਕਿਉਂ ਫਰ ਕਹਿੰਦੇ ਕਾਫਰ ਕਾਫਰ ਕਹਿੰਦੇ ਕੌਣ ਕਾਫਰ ਕਾਫਰ ਇਸ਼ਕ ਮੁਸਲਮਾਨੀ ਮਰਾ ਦਰਕਾਰ ਨੇ ਹੱਟ ਗਏ ਮਨਕਾਰ ਗਸ਼ਤਾ ਹਾਜ ਨਾਮ ਹੋ ਕਿਉਂ ਕਾਫਰ ਕਾਫਰ ਕਹਿੰਦੇ ਕਾਫਰ ਕਾਫਰ ਕਹਿੰਦੇ ਉਹ ਖੁਸ਼ਬੂ ਮੁੱਲਾ ਮਦਵਾਣੇ ਉਹ ਕੁਫਰ ਮੇਰਾ ਇਸਲਾਮ ਹੱਥੀ ਤੇ ਕੋਈ ਯਾਰ ਫਕਾਮ ਜਾਣੇ ਹੁਸਨ ਪਰਸਤੀ ਤੇਰੇ ਨਾਮ ਖੁਸ਼ੀ ਮੇਰੀ ਹੈ ਨਮਾਜ਼ ਦੁਗਾਨੇ ਸ਼ਾਨ ਆਸ ਮੈਂ ਕਿਉਂ ਮਨ ਇੱਕ ਵਾਰੀ ਗਿਆ ਦੋ ਵਾਰੀ ਗਿਆ ਤਿੰਨ ਵਾਰੀ ਗਿਆ ਹਜ਼ੂਰ ਫਰਮਾਉਣ ਲੱਗੇ ਦੋਸਤਾ ਅਸੀਂ ਤਾਂ ਤੈਨੂੰ ਕਿਹਾ ਜਾ ਕੇ ਪਾਣੀ ਪੀ ਲਾਗੇ ਹਜ਼ੂਰ ਮੈਂ ਚੰਗਾ ਅਗਲੀ ਅਸੀਂ ਤਾਂ ਨਹੀਂ ਤੈਨੂੰ ਕਿਹਾ ਉਹ ਜਿਹੜਾ ਤੇਰੇ 'ਚ ਚੂੜਾ ਕੱਢ ਕੇ ਸਾਡੇ ਕੋਲ ਰੱਖਦੇ ਚੂੜਾ ਪਾਣੀ ਵੀ ਚੂੜਾ ਚੱਕੀ ਤੁਰਦਾ ਹੋ ਅਸੀਂ ਤੀਸਰੀ ਲੰਘ ਟੁੱਟਿਆ ਵੇਚਾ ਚੌਥੀ ਮੰਜ਼ਲ ਤੇ ਬੋਲਿਆ ਤੇ ਬਿਨਾਂ ਵਾਸੂ ਵਾਸ ਵੀ ਕੌਣ ਦੱਸੇ ਉਹ ਚਾਬੀ ਪਕੜ ਕੇ ਜਿੰਦਰਾ ਬੋਲਿਆ ਤਨ ਆਪਣੇ ਦੀ ਹੋਈ ਖਬਰ ਮੈਨੂੰ ਉਹ ਕੰਡੀ ਪਾ ਕੇ ਫਸ ਨੂੰ ਇਸ਼ਕ ਨਮਾਜ਼ ਇਹ ਇਸ਼ਕ ਨਮਾਜ਼ ਇਹ ਇਸ਼ਕ ਨਮਾਜ਼ ਇਹ ਇਸ਼ਕ ਨਮਾਜ਼ ਉਹ ਸਿਰ ਰੱਖ ਕੇ ਯਾਰ
سرکار کے ہاں پہلی مرتبہ آیا ہوں، نسبت ہے ایک نام کی کہ میرے مرشد بابا صاحب گائیں شکر پیر فرید دی اولاد پیر افضل شاہ نے تے اس نسبت کا سب کا نام سن کے آ گیا. باقی مجھے کچھ نہیں آتا، میرے والوں سینئر سارے ماشاء اللہ اسی سارے دے بچے، سن کچھ بھی نہیں آتا. باقی سخیاں کا نام لینا ہے، سخیاں کی مور لوانی تے حاضری لینا تے حاضری قبول کرنا سرکار میں نے جوگا نہیں. باقی یہ تھوڑی لج پاڑی اجازت ہے come on.
شفت تو جا بے جمال مشکل بجھا حسنین حسنین جانے فاطمہ حسنین جانے فاطمہ حسنت جمیع و حساب